ਨਹੀਂ ਨਹੀਂ ਆਂਦਾ ਨਹੀਂ ਸਿਰ ਤੇ ਘੜੇ ਚੱਕ ਪੂਰਾ ਪਿੰਡ ਆਪਣੀ ਪਿਆਸ ਬੁਝਾਉਣ ਲਈ ਦਰ ਦਰ ਭਟਕ ਰਿਹਾ ਇਹ ਨਜ਼ਾਰਾ ਆਜ਼ਾਦ ਭਾਰਤ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਹਿਦੂਦ ਹੈ ਜਿੱਥੇ ਦੇ ਵਾਸੀ ਬੂੰਦ ਬੂੰਦ ਪਾਣੀ ਲਈ ਵੀ ਤਰਸਦੇ ਨਜ਼ਰ ਆ ਰਹੇ ਨੇ ਜਲ ਹੀ ਜੀਵਨ ਹੈ ਇਸ ਤੋਂ ਤਾਂ ਅਸੀਂ ਵਾਕਫ ਹਾਂ ਪਰ ਡਿਜੀਟਲ ਭਾਰਤ ਦੀ ਤਸਵੀਰ ਵੀ ਇੱਥੇ ਧੁੰਦਲੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਪਿੰਡ 'ਚ ਮੋਬਾਈਲ ਨੈਟਵਰਕ ਵੀ ਆਪਣੀ ਪਹੁੰਚ ਨਹੀਂ ਬਣਾ ਪਾਉਂਦਾ ਤਾਂ ਦੈਨਿਕ ਸਵੇਰਾ ਦੇ ਖਾਸ ਪ੍ਰੋਗਰਾਮ ਸੁਣੋ ਸਰਪੰਚ ਸਾਹਿਬ 'ਚ ਸਰਕਾਰ ਨੂੰ ਫਰਿਆਦ ਪਿੰਡ ਮਹਿਦੂਦ ਦੇ ਵਾਸੀਆਂ ਦੀ ਇਹ ਹਾਲ ਇਸ ਵੇਲੇ ਪਿੰਡ ਮਹਿਦੂਦ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਪਿੰਡ 'ਚ ਪਾਣੀ ਸਿਰਫ ਕਿਹਾ ਜਾਂਦਾ ਕਿ ਇੱਕ ਘੰਟੇ ਲਈ ਆਉਂਦਾ ਹੈ ਇੱਕੋ ਮੋਟਰ ਹੈ ਜੋ ਦੋ ਤਿੰਨ ਪਿੰਡਾਂ ਨੂੰ ਪਾਣੀ ਪਹੁੰਚਾ ਰਹੀ ਹੈ ਇੱਕ ਘੰਟੇ ਲਈ ਪਾਣੀ ਦਿੰਦੇ ਆ ਬਾਕੀ ਪੀਣ ਵਾਲੇ ਪਾਣੀ ਦੀ ਇੱਥੇ ਬਹੁਤ ਵੱਡੀ ਸਮੱਸਿਆ ਹੈ ਲੋਕ ਆਪਣਾ ਪਾਣੀ ਦਾ ਜਿਹੜਾ ਅਰੇਂਜਮੈਂਟ ਹੈ ਉਹ ਪਿੰਡ 'ਚ ਬਣੇ ਇੱਕ ਡੇਰੇ 'ਤੇ ਡੇਰੇ ਤੋਂ ਆ ਕੇ ਭਰ ਰਹੇ ਨੇ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਮਹਿਲਾਵਾਂ ਆਪਣਾ ਘਰ ਦਾ ਕੰਮ ਛੱਡ ਕੇ ਪਾਣੀ ਭਰਨ ਆਈਆਂ ਇਸੇ ਤਰ੍ਹਾਂ ਬੱਚਿਆਂ ਦੀ ਵੀ ਰੋਜ਼ ਡਿਊਟੀ ਲੱਗਦੀ ਹੈ ਪਾਣੀ ਭਰਨ ਦੀ ਔਰ ਮਹਿਲਾਵਾਂ ਇੱਦਾਂ ਹੀ ਰੋਜ਼ ਇਹ ਇੱਕ ਆਪਾਂ ਪੁਰਾਣੇ ਜ਼ਮਾਨੇ ਦੀ ਜਿੱਦਾਂ ਗੱਲ ਕਰੀਏ ਕਿ ਦੂਰ ਦਰਾਜੋਂ ਲੋਕ ਪਾਣੀ ਭਰ ਕੇ ਸਿਰ 'ਤੇ ਘੜੇ ਰੱਖ ਕੇ ਜਾਂਦੇ ਸੀਗੇ ਪਾਣੀ ਭਰ ਕੇ ਆਪਣੇ ਘਰਾਂ ਨੂੰ ਜਾਂਦੇ ਇਹ ਹਾਲ ਅੱਜ ਮਹਿਦੂਦ ਪਿੰਡ ਦਾ ਵੀ ਹੈ ਹਾਲਾਂਕਿ ਪਿੰਡ 'ਚ ਹੀ ਡੇਰਾ ਬਣਿਆ ਉਹਦੇ ਕਰਕੇ ਇਹਨਾਂ ਨੂੰ ਥੋੜ੍ਹੀ ਸਹੂਲਤ ਜ਼ਰੂਰ ਹੈ ਪਰ ਪਿੰਡ ਦੇ ਇਸ ਡੇਰੇ ਦਾ ਵੀ ਜਿਹੜਾ ਟਿਊਬਵੈਲ ਉਹ ਵੀ ਪਾਣੀ ਜਿਹੜਾ 24 ਘੰਟੇ ਇੱਥੇ ਮੌਜੂਦ ਨਹੀਂ ਹੈ ਉਹ ਵੀ ਕੁਝ ਘੰਟਿਆਂ ਲਈ ਪਾਣੀ ਜਿਹੜਾ ਇਹਨਾਂ ਨੂੰ ਮਿਲ ਪਾਉਂਦਾ ਔਰ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਭਰ ਕੇ ਜਾਂਦੇ ਨੇ ਇਹ ਰੋਜ਼ ਦੀ ਰੂਟੀਨ ਹੈ ਤੁਹਾਡੀ ਇੱਥੇ ਦੀ ਹਾਂਜੀ ਤੁਹਾਨੂੰ ਇੱਦਾਂ ਹੀ ਆ ਕੇ ਪਾਣੀ ਭਰਨਾ ਹਾਂਜੀ ਹਾਂਜੀ ਹੁਣ ਜਿਹੜੀ ਨਵੀਂ ਪੰਚਾਇਤਾਂ ਦਾ ਇਲੈਕਸ਼ਨ ਹੈ ਕੀ ਉਮੀਦ ਰੱਖਦੇ ਹੋ ਫਿਰ ਤੁਸੀਂ ਜਦੋਂ ਆਣਗੇ ਤੁਹਾਡੇ ਕੋਲ ਵੋਟ ਮੰਗਣ ਵਾਸਤੇ ਕੀ ਮੰਗ ਰੱਖੋਗੇ ਉਹਨਾਂ ਅੱਗੇ ਹਾਂਜੀ ਅਸੀਂ ਇਹੀ ਮੰਗ ਰੱਖਾਂਗੇ ਵੀ ਸਾਨੂੰ ਪਾਣੀ ਦੀ ਸਮੱਸਿਆ ਵੀ ਬਹੁਤ ਹੈ ਸਾਡੀ ਇਹ ਵੀ ਹੱਲ ਕਰਨ ਠੀਕ ਹੈ ਦੂਜਾ ਨੰਬਰ ਸਾਡੇ ਬੱਚਿਆਂ ਨੂੰ ਇੱਥੇ ਕੋਈ ਟੀਚਰ ਨਹੀਂ ਆਉਂਦੇ ਉਹ ਵੀ ਹੋਵੇ ਤੀਜਾ ਨੰਬਰ ਇਹ ਸਾਨੂੰ ਰੋਜ਼ਗਾਰ ਦਾ ਕੰਮ ਨਹੀਂ ਮਿਲ ਰਿਹਾ ਰੋਜ਼ਗਾਰ ਦਾ ਕੰਮ ਸਾਨੂੰ 3 ਦਿਨ ਜਾਂ 4 ਦਿਨ ਦਾ ਆਉਂਦਾ ਸਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੀ ਵਾਰੀ ਤੁਹਾਨੂੰ ਦਿਨ 'ਚ ਇੱਥੇ ਆ ਕੇ ਪਾਣੀ ਭਰਨਾ ਪੈਂਦਾ ਇੱਥੇ ਭਾਜੀ ਕਈ ਵੇਲੇ ਤਾਂ ਜਿੱਦਾਂ ਹੁਣ ਲਗਾਤਾਰ ਪਾਣੀ ਨਹੀਂ ਆਉਂਦਾ ਫਿਰ ਤਾਂ 12-12 ਵਜੇ ਤੱਕ ਦੁਪਹਿਰ ਨੂੰ ਵੀ ਭਰਨਾ ਪੈਂਦਾ ਰੋਟੀ ਸਵੇਰ ਦੀ ਵੀ ਅਸੀਂ ਦੁਪਹਿਰ ਨੂੰ ਫਿਰ ਕਿਤੇ ਜਾ ਕੇ ਖਾਈਦੀ ਹੈ ਅਤੇ ਬੱਚਿਆਂ ਨੇ ਸਕੂਲੋਂ ਜਾਣਾ ਹੁੰਦਾ ਉਹਨਾਂ ਨੂੰ ਨਹਾਉਣ ਵਾਸਤੇ ਵੀ ਨਹੀਂ ਪਾਣੀ ਹੁੰਦਾ ਸਵੇਰੇ ਸਕੂਲ ਵਾਲੇ ਤਾਂ ਨਹੀਂ ਭੇਜਦੇ ਪਾਣੀ ਭਰ ਕੇ ਲਿਆਓ ਸਮੱਸਿਆ ਸਿਰਫ ਪਾਣੀ ਦੀ ਨਹੀਂ ਹੈ ਜਦੋਂ ਕਿਤੇ ਮਹਿਦੂਦ ਵਾਸੀਆਂ ਨੂੰ ਫੋਨ ਤੇ ਗੱਲ ਕਰਨੀ ਹੋਵੇ ਤਾਂ ਇਹਨਾਂ ਨੂੰ 20 ਕਿਲੋਮੀਟਰ ਦੂਰ ਤੱਕ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਜਿਸ ਦਾ ਕਾਰਨ ਵੀ ਖੁਦ ਮਹਿਦੂਦ ਦੇ ਇਹ ਪਿੰਡ ਵਾਸੀ ਦੱਸ ਰਹੇ ਨੇ 1 ਰੁਪਏ ਦੀ ਗੱਲ ਜਿਹੜੀ ਆ ਉਹ 10 ਰੁਪਏ 'ਚ ਹੁੰਦੀ ਹੈ ਜੇ ਇੱਕ ਵਾਰੀ ਸਾਨੂੰ ਰਿਸ਼ਤੇਦਾਰ ਫੋਨ ਕਰਦਾ ਹੈ ਨਾ ਉਹਨੂੰ 10 ਵਾਰੀ ਕੱਟ ਕੇ ਕਰਨਾ ਪੈਂਦਾ ਜੇ ਅਸੀਂ ਮੰਨ ਲਓ ਸਾਡਾ ਕੋਈ ਬਿਮਾਰ ਹੈ ਠਮਾਰ ਹੈ ਅਸੀਂ ਮਿੰਟ 'ਚ ਕਿਸੇ ਨੂੰ ਫੋਨ ਕਰਨਾ ਕਿੱਦਾਂ ਕਰਨਾ ਜੇ ਕਿਸੇ ਨਾਲ ਬਾਹਰ ਵਾਲੇ ਨਾਲ ਗੱਲ ਕਰਨੀ ਹੋਵੇ ਜਾਂ ਅਸਿਸਟੈਂਟ ਨਾਲ ਜੇ ਕਿਸੇ ਨਾਲ ਵੀ ਤਾਂ ਜੇਜੋਂ ਜਾਣਾ ਪੈਂਦਾ ਕਿੰਨੀ ਦੂਰ ਹੈ ਇੱਥੋਂ ਹੈਗਾ 3 ਕਿਲੋਮੀਟਰ ਤਰ੍ਹਾਂ ਇਸ ਪਿੰਡ ਦੀ ਸਮੱਸਿਆ ਪਾਣੀ ਦੀ ਸਮੱਸਿਆ ਬੜੀ ਗੰਭੀਰ ਸਮੱਸਿਆ ਹੈ ਕਿ ਆਜ਼ਾਦੀ ਦੇ ਇੰਨੇ ਸਾਲਾਂ ਤੋਂ ਬਾਅਦ ਇਸ ਪਿੰਡ ਨੂੰ 1 ਘੰਟੇ ਲਈ ਇੱਥੇ ਪਾਣੀ ਮਿਲ ਰਿਹਾ ਔਰ ਦੱਸ ਰਹੇ ਨੇ ਕਿ ਡੇਰੇ 'ਤੇ ਟਿਊਬਵੈਲ ਲੱਗਿਆ ਉੱਥੋਂ ਦੀ ਪਾਣੀ ਭਰ ਕੇ ਲਿਆਉਣਾ ਪੈਂਦਾ ਰੋਜ਼ ਕੈਨੀਆਂ ਭਰ ਕੇ ਉੱਥੋਂ ਦੀ ਪਾਣੀ ਲੈ ਕੇ ਆਉਣਾ ਪੈਂਦਾ ਔਰ 1 ਘੰਟੇ ਵਾਸਤੇ ਹੀ ਮਹਿਲਾਵਾਂ ਵੀ ਦੱਸ ਰਹੀਆਂ ਕਿ ਉਹਨਾਂ ਨੂੰ ਵੀ ਜਾਣਾ ਪੈਂਦਾ ਘਰ ਦਾ ਕੰਮ ਵੀ ਕਰਨਾ ਔਰ ਪਾਣੀ ਵੀ ਲੈ ਕੇ ਆਉਣਾ ਔਰ ਦੂਜੀ ਸਮੱਸਿਆ ਹੈ ਕਿ ਮੋਬਾਈਲ ਨੈਟਵਰਕ ਇੱਥੇ ਨਹੀਂ ਹੈ ਰੀਚਾਰਜ ਕਰਾਉਂਦੇ ਨੇ ਤਕਰੀਬਨ ਔਸਤਨ ਅਸੀਂ ਲਾ ਲੈਂਦੇ ਹਾਂ ਕਿ 500 ਰੁਪਏ ਦਾ ਇਹ ਰੀਚਾਰਜ ਮੋਬਾਈਲ ਦਾ ਕਰਾਉਂਦੇ ਵੀ ਨੇ ਪ੍ਰੀਪੇਡ ਪਰ ਉਹਦਾ ਕੋਈ ਫਾਇਦਾ ਕਹਿ ਰਹੇ ਨੇ ਕਿ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਨੈਟਵਰਕ ਹੀ ਨਹੀਂ ਮਿਲਦਾ ਜੇਕਰ ਤੁਹਾਡੇ ਪਿੰਡ 'ਚ ਵੀ ਕੋਈ ਜਾਂ ਤੁਹਾਡੀ ਜਾਣਕਾਰੀ 'ਚ ਕੋਈ ਅਜਿਹਾ ਪਿੰਡ ਹੈ ਜਿੱਥੇ ਕੋਈ ਨਾ ਕੋਈ ਵੱਡੀ ਸਮੱਸਿਆ ਔਰ ਜਿਹਨੂੰ ਤੁਸੀਂ ਚੱਕਣਾ ਚਾਹੁੰਦੇ ਹੋ ਅਤੇ ਸਾਡੇ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਥੱਲੇ ਉਸ ਪਿੰਡ ਦਾ ਨਾਮ ਅਤੇ ਉਸ ਪਿੰਡ ਦੀ ਸਮੱਸਿਆ ਦੀ ਜਾਣਕਾਰੀ ਦਿਓ ਅਸੀਂ ਕੋਸ਼ਿਸ਼ ਕਰਾਂਗੇ ਉਸ ਪਿੰਡ ਤੱਕ ਵੀ ਪਹੁੰਚੀਏ ਔਰ ਉਸਨੂੰ ਅਸੀਂ ਸਰਕਾਰ ਪ੍ਰਸ਼ਾਸਨ ਦੇ ਸਾਹਮਣੇ ਲੈ ਕੇ ਆਈਏ ਕੈਮਰਾਮੈਨ ਵਰਿੰਦਰ ਦੇ ਨਾਲ ਰਿਮਾਂਸ਼ੂ ਗਾਬਾ ਦੈਨਿਕ ਸਵੇਰਾ ਟੀਵੀ ਮਹਿਦੂਦ ਪਿੰਡ